ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਦੀ ਨਾਲ ਬੈੱਲ ਆਈਕਨ 'ਤੇ ਕਲਿੱਕ ਕਰ ਲਓ ਤਾਂ ਜੋ ਸਾਡੀ ਹਰ ਇੱਕ ਲੇਟੈਸਟ ਅਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਕਿਉਂ ਸਾਰਾ ਟੱਬਰ ਰੋਈ ਜਾਂਦਾ, ਤੂੰ ਇਹਨਾਂ ਸਾਖ ਸਬੰਧੀਆਂ ਤੋਂ ਇਹਨਾਂ ਸਾਖ ਸਬੰਧੀਆਂ ਤੋਂ ਮਾਂ ਪੁੱਛਦੀ ਕਿਉਂ ਨਹੀਂ, ਇਸ ਤੋਂ ਵੱਡਾ ਮੇਰੇ ਲਈ ਗਿਫਟ ਨਹੀਂ ਹੋ ਸਕਦਾ। ਯਾਰ ਆਪਣੇ ਆਪਣੇ ਮਾਂ ਬਾਪ ਦੀ ਕਰੀ ਜ਼ੋਰ ਦੱਸਣੀ ਮਾਂ ਬੋਲ ਇਹ ਮੇਰਾ ਸੁੱਖ ਨਹੀਂ ਰਹਿ ਗਿਆ। ਸੱਚੀ ਯਾਰ ਆਪਣੇ ਮਾਂ ਬਾਪ ਨੂੰ ਬਹੁਤ ਪਿਆਰ ਕਰੇਗਾ। ਇਹ ਜਦੋਂ ਫੋਟੋਆਂ ਬਣ ਜਾਂਦੀਆਂ ਨੇ ਨਾ, ਇੱਕ ਵਾਰੀ ਆਪਣੇ ਮਾਂ ਬਾਪ ਦੇ ਨਾਂ 'ਤੇ ਜ਼ੋਰ ਦੱਸ। ਯਾਰ ਮਾਂ ਬਾਪ ਸਾਰੀ ਜ਼ਿੰਦਗੀ ਸਟਰਗਲ ਕਰ ਜਾਂਦੇ ਬਾਬਾ ਜੀ, ਔਰ ਮੈਂ ਇੱਕ ਜਿੰਦੀ ਜਾਗਦੀ ਮਿਸਾਲ ਹਾਂ। ਮੇਰੀ ਮਾਂ ਨੇ ਮੇਰੇ ਬਾਪੂ ਨੇ ਇਹ ਹੁੰਦੀ ਹੈ ਗੱਲ, ਜਿਨ੍ਹਾਂ ਤੋਂ ਮਾਂ ਬਾਪ ਦੂਰ ਹੋ ਜਾਂਦੇ ਆ, ਸਹੀ ਗੱਲ ਹੈ, ਬਹੁਤ ਔਖਾ ਹੋ ਜਾਂਦਾ। ਇਹ ਗੁਰਦੇਵ ਭਾਅ ਹੁਣਾਂ ਨੇ, ਬਾਬਾ ਜੀ ਹੁਣਾਂ ਨੇ ਜਿਹੜੀ ਤਸਵੀਰ ਸਾਹਮਣੇ ਲੈਣ ਦੀ, ਉਹ ਫਿਰ ਫੋਟੋ ਯਾਦ ਆ ਗਈ, ਉਹ ਗੱਲਾਂ ਯਾਦ ਆ ਗਈਆਂ, ਉਹ ਦਿਨ ਯਾਦ ਆ ਗਏ, ਉਹ ਮੌਜਾਂ ਭੁੱਲਣੀਆਂ ਨਹੀਂ ਜਿਹੜੀਆਂ ਬਾਪੂ ਦੇ ਸਿਰ 'ਤੇ ਕਰੀਆਂ। ਸਾਰੇ ਕਹਿੰਦੇ ਬਾਪੂ ਝਿੜਕਦਾ ਰਹਿੰਦਾ, ਇੱਕੋ ਹੀ ਗੱਲ ਨੂੰ ਰਿੜਕਦਾ ਰਹਿੰਦਾ। ਬਾਪੂ ਕਹਿੰਦਾ ਕੰਮ ਕਰ ਲਓ, ਪੜ੍ਹ ਲਓ, ਆਹ ਕਰ ਲਓ, ਉਹ ਕਰ ਲਓ, ਇੱਥੇ ਨਹੀਂ ਜਾਣਾ, ਉੱਥੇ ਨਹੀਂ ਜਾਣਾ, ਇੱਥੇ ਨਹੀਂ ਖੜਨਾ। ਸਾਰੇ ਕਹਿੰਦੇ ਬਾਪੂ ਝਿੜਕਦਾ ਰਹਿੰਦਾ, ਇੱਕੋ ਹੀ ਗੱਲ ਨੂੰ ਰਿੜਕਦਾ ਰਹਿੰਦਾ ਕਿ ਝਿੜਕ ਕੇ ਕਿਹੜਾ ਖੁਸ਼ ਹੁੰਦਾ ਤੇ ਅੰਦਰੋਂ ਅੰਦਰੀ ਤਿੜਕਦਾ ਰਹਿੰਦਾ। ਓਏ ਧੁੱਪ ਨਹੀਂ ਵੇਂਦਾ, ਛਾਂ ਨਹੀਂ ਵੇਂਦਾ, ਆਪਣੇ ਬੱਚਿਆਂ ਖਾਤਰ ਆਪਣੇ ਕੋਈ ਚਾਹ ਨਹੀਂ ਵੇਂਦਾ। ਰੋਟੀ ਕਮਾਉਣ ਤੇ ਲੱਗਿਆ ਰਹਿੰਦਾ, ਨਿੱਤ ਸਮਝਾਉਣ ਤੇ ਲੱਗਿਆ ਰਹਿੰਦਾ, ਪੜ੍ਹ ਲਿਖ ਕੇ ਕੁਝ ਬਣ ਜਾਣ ਬੱਚੇ ਜ਼ਿੰਦਗੀ ਬਣਾਉਣ ਤੇ ਲੱਗਿਆ ਰਹਿੰਦਾ। ਸਾਰੇ ਕਹਿੰਦੇ ਮਾਂ ਜਿੰਨਾ ਬਾਪੂ ਪਿਆਰ ਨਹੀਂ ਕਰਦਾ, ਉਹਦੇ ਜਿੰਨੇ ਚਾਅ ਮਨਾਰ ਨਹੀਂ ਕਰਦਾ, ਉਹ ਪਿਆਰ ਬੜਾ ਕਰਦਾ ਬਾਪੂ ਪੱਗੂ ਪੁਰੀਆ, ਪਰ ਸੱਚ ਗੱਲ ਕਿ ਉਹ ਯਾਰ ਨਹੀਂ ਕਰਦਾ, ਬੜਾ ਪਿਆਰ ਕਰਦਾ। ਮਾਂ ਬਾਪ ਵਾਸਤੇ ਤਾੜੀ ਲਾ ਦਿਓ ਜਿਨ੍ਹਾਂ ਦੇ ਕੋਲ ਨੇ, ਸਾਡੇ ਕੋਲ ਨਹੀਂ ਹੈਗੇ ਸਾਨੂੰ ਦੁੱਖ ਲੱਗਦਾ, ਜਿਨ੍ਹਾਂ ਦੇ ਕੋਲ ਹੈਗੇ ਨੇ ਸੰਭਾਲ ਕੇ ਰੱਖੋ। ਇਹ ਬੜੀਆਂ
ਕੀਮਤੀ ਚੀਜ਼ਾਂ ਹੁੰਦੀਆਂ ਨੇ। ਸਤਿਕਾਰ ਕਰਿਆ ਕਰੋ, ਪਿਆਰ ਕਰਿਆ ਕਰੋ, ਬੜਾ ਜ਼ਰੂਰੀ ਹੈ। ਭਾਅ ਜੀ 2 ਮਿੰਟ ਇਮੋਸ਼ਨਲ ਹੋ ਗਏ ਇਸ ਕਰਕੇ ਬ੍ਰੇਕ ਲੱਗ ਗਈ, ਕਿਉਂਕਿ ਉਹ ਸਾਰਾ ਕੁਛ ਯਾਦ ਆ ਗਿਆ ਜਦੋਂ ਵੀਰ ਨੇ ਤਸਵੀਰ ਸਾਹਮਣੇ ਲੈ ਕੇ ਆਉਂਦੀ, ਉਹ ਬਚਪਨ ਦੀਆਂ ਗੱਲਾਂ, ਉਹ ਜਵਾਨੀ ਦੀਆਂ ਗੱਲਾਂ, ਉਹ ਹਰ ਇਕੱਲੀ ਇਕੱਲੀ ਗੱਲ ਯਾਦ ਆ ਗਈ ਤਸਵੀਰ ਦੇ ਆਉਣ ਦੇ ਨਾਲ ਨਾਲ। ਆਓ ਸੁੱਤ ਸਾਹਿਬ, ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ। ਮੈਂ ਕਿਹਾ ਪਹਿਲਾਂ ਵੀ ਕਿ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੁੰਦੀ ਹੈ, ਸਾਰੀ ਜ਼ਿੰਦਗੀ ਸਾਡੇ ਨਾਲ ਸਟਰਗਲ ਕਰ ਜਾਂਦੇ ਯਾਰ, ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਨੇ, ਲੇਕਿਨ ਜਦੋਂ ਸਾਡੇ ਸੁੱਖ ਵੇਖਣ ਦਾ ਟਾਈਮ ਆਉਂਦਾ ਹੈ ਉਦੋਂ ਪਤਾ ਨਹੀਂ ਕੀ ਰੱਬ ਦੀ ਮਰਜ਼ੀ ਹੁੰਦੀ। ਬਾਬਾ ਜੀ ਸੱਚੀ ਗੱਲ ਹੈ ਕਿ ਜ਼ਿੰਦਗੀ 'ਚ ਬਹੁਤ ਸਟਰਗਲ ਕੀਤਾ ਬਾਬਾ ਜੀ, ਬਹੁਤ, ਲੇਕਿਨ ਜਦੋਂ ਆਪਣੇ ਘਰ ਵਾਲੇ ਹੋ ਗਏ ਨਾ, ਕਦੀ ਆ ਤੁਸੀਂ ਮੇਰੇ ਭਰਾ ਸਾਰੇ ਫੋਟੋਆਂ ਨੂੰ ਇੱਥੇ ਸਟੇਜ 'ਤੇ ਆ ਰਹੇ ਹੋ, ਇਹ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ। ਮੈਂ ਮੇਰੀ ਟੀਮ ਵੀ ਮੈਂ ਸਾਰੇ ਮੈਂ ਕਹਿੰਦਾ ਹੁੰਦਾ ਕਿ ਕਿਸੇ ਨੂੰ ਵੀ ਰੋਕਿਆ ਹੁੰਦਾ, ਕਿਉਂਕਿ ਇੰਨੇ ਜੋਗਾ ਮੇਰੇ ਬਾਪੂ ਨੇ ਬਣਾਇਆ ਮੈਨੂੰ, ਇੰਨੇ ਜੋਗਾ ਮੇਰੀ ਮਾਂ ਨੇ ਬਣਾਇਆ, ਮਿਹਨਤ ਉਹਨਾਂ ਨੇ ਕੀਤੀ। ਤੁਸੀਂ ਮੇਰਾ ਗਾਣਾ ਸੁਣਿਆ ਸੀ ਜੋਬਨ ਉੱਤੇ, ਬਾਬਾ ਜੀ ਮੈਂ ਸਟੇਜ ਤੋਂ ਗੱਲ ਕਹਿਣ ਲੱਗਿਆ, ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਮੈਂ, ਲੇਕਿਨ ਮਿਊਜ਼ਿਕ ਮੈਂ ਆਪਣੇ ਬਾਪੂ ਤੋਂ ਸਿੱਖਿਆ। ਜੋਬਨ ਉੱਤੇ ਗਾਣੇ ਦੀ ਕੰਪੋਜੀਸ਼ਨ ਉਹ ਮੇਰੇ ਡੈਡੀ ਨੇ ਬਣਾ ਕੇ ਦਿੱਤੀ ਮੈਨੂੰ, ਮੇਰੇ ਬਾਪੂ ਨੇ ਬਣਾ ਕੇ ਦਿੱਤੀ ਸੀ। ਤੁਸੀਂ ਬੜਾ ਪਿਆਰ ਦਿੱਤਾ ਉਹਨੂੰ। ਰਾਜਾ ਜੀ ਉਹ ਬਣਾਇਓ, ਜਦੋਂ ਲੱਗੇ ਕਰਨ ਕਮਾਈਆਂ ਉਦੋਂ ਮਾਪੇ ਤੁਰ ਗਏ। ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ, ਯਾਰ ਮੈਨੂੰ ਲੱਗਦਾ ਮੇਰੇ ਤੋਂ ਗਾਹ ਹੀ ਨਹੀਂ ਹੋਣਾ ਹੁਣ, ਕਿਉਂਕਿ ਮਾਂ ਬਾਪ ਦੀ ਗੱਲ ਕਰਨੀ ਬਾਬਾ ਜੀ ਮੇਰੇ ਲਈ ਬਾਬਾ ਜੀ ਬਹੁਤ ਵੱਡੀ ਗੱਲ ਹੈ। ਯਾਰ ਜਦੋਂ ਕੁਛ ਨਹੀਂ ਸੀ ਉਦੋਂ ਨਾਲ ਸੀ, ਅੱਜ ਬਾਬਾ ਜੀ ਸਾਰਾ ਕੁਛ ਹੈ, ਔਰ ਅੱਜ ਜਿਹਨਾਂ ਲਈ ਬਣਾਇਆ ਜਿਹਨਾਂ ਲਈ ਕੀਤਾ ਉਹ ਨਾਲ ਨਹੀਂ ਹੈਗੇ। ਯਾਰ ਮਾਂ ਬਾਪ ਦਾ ਇੱਕ, ਮੈਂ ਤੁਹਾਨੂੰ ਇੱਕ ਮਾਂ ਦੀ ਆਪਣੀ ਸੱਚਾਈ ਦੱਸਣ ਲੱਗਿਆ। ਮੇਰੀ ਮਾਂ ਨੂੰ ਬਾਬਾ ਜੀ ਐਡੀ ਭੋਲੀ ਜੀ ਮੇਰੀ ਮਾਂ ਸੀ, ਉਹ ਕੀ ਸਿੱਕੇ ਹੁੰਦੇ ਨੇ ਨਾ ਜੇ 5-10 ਰੁਪਏ ਦੇ, ਉਹ ਐਡੀ ਭੋਲੀ ਸੀ, ਉਹਨੂੰ ਇਹ ਵੀ ਨਹੀਂ ਪਤਾ ਸੀ ਕਿ 5 ਕੀ ਹੁੰਦੇ ਅਤੇ 10 ਕੀ ਹੁੰਦੇ। ਔਰ ਬਾਬਾ ਜੀ ਮੈਂ ਇੱਕ ਤੁਹਾਡੇ ਨਾਲ ਗੱਲ ਸ਼ੇਅਰ ਕਰਨ ਲੱਗਾ ਸਾਰਿਆਂ ਨਾਲ। ਮੇਰੇ ਕੋਲ ਨਾ ਨੋਵਾ ਗੱਡੀ ਹੁੰਦੀ ਸੀ, ਔਰ ਮੈਨੂੰ ਲੱਗਿਆ ਕਿ ਇੱਕ ਗੱਡੀ ਛੋਟੀ ਹੋਣੀ ਚਾਹੀਦੀ, ਨਾਲ ਮੈਂ ਵਰਨਾ ਗੱਡੀ ਲੈ ਲਈ ਔਰ ਨੋਵਾ ਵੇਚਤੀ। ਔਰ ਮੇਰੀ ਮਾਂ ਨੇ ਮੇਰੇ ਭੈਣ ਹੋਣਾਂ ਨੂੰ ਮੇਰੇ ਰਿਸ਼ਤੇਦਾਰਾਂ ਨੂੰ ਫੋਨ ਕਰ ਕਰਕੇ ਦੱਸਿਆ ਕਿ ਪਤਾ ਨਹੀਂ ਕਹਿੰਦੇ ਦਿਮਾਗ ਨੂੰ, ਕਿਉਂਕਿ ਐਡੀ ਵੱਡੀ ਗੱਡੀ ਵੇਚ ਕੇ ਅਤੇ ਛੋਟੀ ਲੈ ਲਈ। ਔਰ ਬਾਬਾ ਜੀ ਉਸ ਗੱਡੀ ਦੇ ਵਿੱਚ ਜਿਹੜੀ ਮੈਨੂੰ ਉਹਨੇ ਪੈਸੇ ਜੋੜ ਜੋੜ ਕੇ ਲੈ ਕੇ ਦਿੱਤੀ ਸੀ ਨਾ, ਜਿਹੜੀ ਇੰਨੀ ਮਿਹਨਤ ਨਾਲ ਗੱਡੀ ਲਈ ਸੀ। ਮੰਮੀ ਨੂੰ ਅਟੈਕ ਹੋ ਗਿਆ, ਮਾਂ ਨੂੰ ਅਟੈਕ ਹੋ ਗਿਆ ਸੀ, ਹੋਸਪਿਟਲ ਐਡਮਿਟ ਕਰਾਤਾ ਔਰ 12 ਕੁ ਦਿਨ ਹੋਸਪਿਟਲ ਰਹੇ।
13ਵੇਂ ਦਿਨ ਮੈਨੂੰ ਵੀ ਤੇ ਉਹ ਗੱਡੀ ਨੂੰ ਵੀ ਛੱਡ ਕੇ ਮੇਰੀ ਮਾਂ ਮੇਰੇ ਤੋਂ ਦੂਰ ਚਲੇ ਗਈ। ਔਰ ਦੇਖੋ ਇੱਕ ਪੁੱਤ ਦੀ ਕਿਸਮਤ ਦੇਖੋ, ਜਿਉਂਦੇ ਜੀ ਬਾਬਾ ਜੀ ਉਹ ਗੱਡੀ 'ਚ ਬੈਠੇ ਵੀ ਨਹੀਂ। ਔਰ ਅਖੀਰ ਟਾਈਮ 'ਤੇ ਜਦੋਂ ਉਹਦੀ ਡੈੱਡ ਬੋਡੀ ਲੈ ਕੇ ਆ ਰਹੇ ਸੀ ਨਾ, ਜਿਹੜੀ ਮੈਨੂੰ ਪੈਸੇ ਦੇ ਕੇ ਗੱਡੀ ਲੈ ਕੇ ਦਿੱਤੀ ਸੀ ਨਾ, ਜਿਹੜੀ ਮੈਨੂੰ ਪੈਸੇ ਜੋੜ ਕੇ ਗੱਡੀ ਲੈ ਕੇ ਦਿੱਤੀ, ਜਿਹੜੀ ਮੈਨੂੰ ਇੰਨੀ ਮਿਹਨਤ ਕਰਕੇ ਗੱਡੀ ਲੈ ਕੇ ਦਿੱਤੀ, ਜਿਹੜੀਆਂ ਇੰਨੀਆਂ ਦੁਆਵਾਂ ਨਾਲ ਗੱਡੀ ਲੈ ਕੇ ਦਿੱਤੀ, ਉਹਦੇ 'ਚ ਮੈਂ ਇਕੱਲਾ ਆ ਰਿਹਾ ਸੀਗਾ। ਔਰ ਉਹਦੀ ਡੈੱਡ ਬੋਡੀ 700 ਰੁਪਏ ਦੀ ਐਂਬੂਲੈਂਸ ਦੇ ਵਿੱਚ ਆ ਰਹੀ ਸੀ। ਇਸ ਤੋਂ ਵੱਡਾ ਕੋਈ ਗੱਲ ਹੋ ਸਕਦੀ ਹੈ? ਮਾਂ ਬਾਪ ਜਿਹੜੇ ਹੁੰਦੇ ਨੇ ਨਾ ਤੁਹਾਡੇ ਨਾਲ, ਉਹੀ ਇਕੱਲੇ ਇੱਕ ਰਿਸ਼ਤਾ ਮਾਂ ਬਾਪ ਦਾ ਹੀ ਹੁੰਦਾ ਜਿਹੜਾ ਤੁਹਾਡੇ ਨਾਲ ਖੜ ਜੇ, ਹੋਰ ਕੋਈ ਨਹੀਂ ਖੜਦਾ ਤੁਹਾਡੇ ਨਾਲ। ਇੱਕ ਵਾਰੀ ਆਪਣੇ ਮਾਂ ਬਾਪ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ, ਜਿੰਨਾ ਪਿਆਰ ਕਰਦੇ ਹੋ ਮਾਂ ਬਾਪ ਨੂੰ। ਰਾਜਾ ਜੀ ਉਹੀ ਸੁਣਾਉਣਾ ਆਪਾਂ, ਰਾਜਾ ਜੀ ਉਹੀ ਸੁਣਾਉਣਾ, ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਤੁਰ ਗਏ। ਮੈਂ ਬਾਬਾ ਜੀ ਸੋਚਦਾ ਸੀ ਮੈਂ ਇਕੱਲਾ ਹੀ ਇੱਦਾਂ ਦਾ, ਲੇਕਿਨ ਮੈਂ ਜਦੋਂ ਰੀਲ ਪਾਈ ਉਹਦੇ ਥੱਲੇ 6-7 ਹਜ਼ਾਰ ਰੀਲਾਂ ਬਣੀਆਂ, ਔਰ ਹਰ ਬੰਦੇ ਨੇ ਆਪਣੀ ਮਰੀ ਹੋਈ ਮਾਂ ਦੀ ਵੀਡੀਓ ਪਾਈ ਨਾਲ, ਮੈਨੂੰ ਲੱਗਿਆ ਮੈਂ ਕਿਹਾ ਯਾਰ ਅਸੀਂ ਰੁਲਦੇ ਰੁਲਦੇ ਪਹੁੰਚੇ ਵਿੱਚ ਪਰਦੇਸਾਂ ਦੇ, ਫਿਰ ਹੰਝੂਆਂ ਦੇ ਵਿੱਚ ਡੁੱਬ ਗਏ ਚੜਦੇ ਸੂਰਜ ਲੇਖਾਂ ਦੇ, ਹਰ ਰਿਸ਼ਤੇ ਨਾਲੋਂ ਟੁੱਟ ਕੇ, ਹਰ ਰਿਸ਼ਤੇ ਨਾਲੋਂ ਟੁੱਟ ਕੇ ਦੁੱਖਾਂ ਨਾਲ ਜੁੜ ਗਏ, ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਹੀ ਤੁਰ ਗਏ, ਉਦੋਂ ਮਾਪੇ ਹੀ ਤੁਰ ਗਏ, ਜਦੋਂ ਲੱਗੇ ਕਰਨ ਕਮਾਈਆਂ ਸੀ ਉਦੋਂ ਮਾਪੇ ਹੀ ਤੁਰ ਗਏ, ਉਦੋਂ ਮਾਪੇ ਹੀ ਤੁਰ ਗਏ। ਅਬੇ ਮੈਨੂੰ ਲੱਗਦਾ ਮੈਂ ਇੱਥੋਂ ਜ਼ਿਆਦਾ ਗਾ ਨਹੀਂ ਪਾਊਂਗਾ ਮਾਂ ਬਾਪ ਲਈ। ਇੱਕ ਵਾਰੀ ਆਪਣੇ ਮਾਂ ਬਾਪ ਲਈ ਜ਼ੋਰਦਾਰ ਤਾੜੀਆਂ ਮਾਰ ਦਿਓ ਸੱਚੀ। ਜਿਹੜੇ ਅੱਜ ਮੇਰੇ ਨਾਲ ਵਾਅਦਾ ਕਰਕੇ ਜਾਂਦੇ ਨੇ ਇੱਥੇ ਕਿ ਮਾਂ ਬਾਪ ਚਾਹੇ ਗਲਤ ਵੀ ਹੋਵੇ, ਮਾਂ ਬਾਪ ਵੈਸੇ ਕਦੀ ਗਲਤ ਨਹੀਂ ਹੁੰਦੇ, ਖਾਸ ਕਰਕੇ ਆਪਣੇ ਬੱਚਿਆਂ ਦੇ ਮਾਮਲੇ ਵਿੱਚ ਮਾਂ ਬਾਪ ਕਦੀ ਗਲਤ ਨਹੀਂ ਹੁੰਦੇ। ਲੇਕਿਨ ਹਾਂ ਜੇ ਤੁਹਾਨੂੰ ਲੱਗੇ ਕਿ ਯਾਰ, ਕਿਉਂਕਿ ਕੀ ਕਹਿੰਦੇ ਨਾ ਕਿ ਕੰਪਿਊਟਰ ਦਾ ਜ਼ਮਾਨਾ ਹੈ, ਇੰਟਰਨੈਟ ਦਾ ਜ਼ਮਾਨਾ, ਕਈ ਵਾਰੀ ਬੰਦਾ ਸੋਚਦਾ ਵੀ ਨਹੀਂ ਯਾਰ ਜਿਹੜੇ ਗੱਲ ਬਾਪੂ ਕਹਿ ਰਿਹਾ ਗਲਤ ਹੀ ਹੈ ਲੱਗਦੀ, ਇਹ ਮੈਨੂੰ ਸਾਰਾ ਪਤਾ। ਜੇ ਬਾਪੂ ਤੁਹਾਨੂੰ ਲੱਗੇ ਗਲਤ ਵੀ ਹੈ, ਮਾਂ ਲੱਗੇ ਗਲਤ ਵੀ ਕੋਈ ਗੱਲ ਕਰ ਰਹੀ ਹੈ, ਤੇ ਕਦੀ ਉਹਨੂੰ ਟੋਕ ਕੇ ਜਵਾਬ ਨਾ ਦਿਓ। ਉਹ ਜਿਹੜੇ ਮੇਰੇ ਨਾਲ ਵਾਅਦਾ ਕਰਕੇ ਚੱਲੇ ਕਿ ਆਪਣੇ ਮਾਂ ਬਾਪ ਨੂੰ ਪਿਆਰ ਕਰਨਗੇ, ਹੱਥ ਉੱਪਰ ਕਰਕੇ ਜ਼ੋਰਦਾਰ ਤਾੜੀ ਮਾਰ ਕੇ ਦੱਸ ਦਿਓ ਭਾਈ। ਚਲੋ ਮੈਨੂੰ ਲੱਗਦਾ ਮੈਂ ਮਾਹੌਲ ਜ਼ਿਆਦਾ ਦੂਜਾ ਕਰਤਾ। ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਜੀ। ਮਿਲਦੇ ਹਾਂ ਨੈਕਸਟ ਵੀਡੀਓ ਤੁਹਾਡੇ ਲਈ, ਹੋਰ ਨਵਾਂ ਲਾਈਵ ਸ਼ੋਅ, ਨਵਾਂ ਸੌਂਗ ਲੈ ਕੇ।